ਸੀ ਤਾਂ ਗੁਰਦੁਆਰਾ ਗੁਰੂ ਕੀ ਢਾਬ ਚ ਡਾਲੀ ਵਾਲੇ ਬਾਬੇ ਵੱਲੋਂ ਪਿੰਡ ਵਾਸੀਆਂ ਨੂੰ ਪ੍ਰਸ਼ਾਦ ਦਿੱਤਾ ਗਿਆ ਤਾਂ ਲੋਕਾਂ ਨੇ ਪ੍ਰਸ਼ਾਦ ਕੀ ਖਾਇਆ ਤਾਂ ਮਾਹੌਲ ਕੁਝ ਇਸ ਤਰ੍ਹਾਂ ਦਾ ਬਣ ਗਿਆ ਕਿ ਸੰਗਤ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਪ੍ਰਸ਼ਾਦ ਦੇ ਰੂਪ ਵਿੱਚ ਸੰਗਤਾਂ ਨੂੰ ਪਲਾਸਟਿਕ ਖਵਾਈ ਜਾ ਰਹੀ ਹੈ ਜਿਸ ਤੋਂ ਬਾਅਦ ਸਿੱਖ ਸੰਗਤ 'ਚ ਕਾਫੀ ਨਾਰਾਜ਼ਗੀ ਵੀ ਦੇਖੀ ਗਈ ਅਸੀਂ ਇਹ ਪ੍ਰਸ਼ਾਦ ਹਰ ਰੋਜ਼ ਲੈਂਦੇ ਇੱਥੋਂ ਪਰ ਸਾਨੂੰ ਇਹ ਚੀੜਾ ਮਹਿਸੂਸ ਹੁੰਦਾ ਜੀ ਸਾਡੇ ਘਰਾਂ 'ਚ ਡਾਲੀ ਵਾਲਾ ਜਾਂਦਾ ਉਹ ਵੀ ਬੱਚਿਆਂ ਨੂੰ ਦਿੰਦਾ ਅਸੀਂ ਬੱਚਿਆਂ ਵਾਸਤੇ ਖਾਸ ਰੱਖਦੇ ਹਾਂ ਵੀ ਬੱਚੇ ਸਕੂਲ ਆਉਣਗੇ ਉਹਨਾਂ ਨੂੰ ਦੇਵਾਂਗੇ ਅਸੀਂ ਥੱਲੇ ਗਰਨ ਤੋਂ ਵੀ ਇਹਨੂੰ ਚੱਕਦੇ ਹਾਂ ਵੀ ਥੱਲੇ ਅੱਗੇ ਪ੍ਰਸ਼ਾਦ ਹੈ ਪਰ ਸਾਨੂੰ ਇਹ ਖਾਣ 'ਤੇ ਚੀੜਾ ਲੱਗਿਆ ਸਾਨੂੰ ਸ਼ੱਕ ਹੋ ਗਿਆ ਵੀ ਇਹ ਪਲਾਸਟਿਕ ਦਾ ਹੈ ਅਸੀਂ ਇਹ ਮੰਗ ਕਰਦੇ ਹਾਂ ਕਿਉਂਕਿ ਮੈਨੇਜਰ ਸਾਹਿਬ ਨੇ ਸਾਨੂੰ ਦੱਸਿਆ ਵੀ ਇਹ ਭਾਈ ਸ਼ੱਕ ਸਾਨੂੰ ਵੀ ਹੈ ਆਹ ਬੋਰ ਦੋ ਵਰਤਾ ਕੇ ਫਿਰ ਨਹੀਂ ਵਰਤਦੇ ਪਰ ਹੁਣ ਅਸੀਂ ਜਦੋਂ ਆਏ ਹਾਂ ਇੱਥੇ ਦੋ ਬੋਰੇ ਹੈ ਨਹੀਂ ਗਏ ਪਤਾ ਨਹੀਂ ਰਾਤੇ ਰਾਤ ਕਿੱਥੇ ਰੱਖਦੇ ਇਹ ਵਾਲਾ ਜਦੋਂ ਜਾਂਦਾ ਜੀ ਸਾਡੇ ਵੀ ਘਰਾਂ 'ਚ ਜਾਂਦਾ ਇਹ ਦੇ ਕੇ ਆਉਂਦਾ ਅੱਜ ਤੋਂ ਚਾਰ ਦਿਨ ਪਹਿਲਾਂ ਮੇਰਾ ਪੋਤਾ ਜੀ ਦੋ ਸਾਲ ਦਾ ਉਹ ਰੋਜ਼ਾਨਾ ਖਾਂਦਾ ਉਹ ਖਾਣੋਂ ਹਟ ਗਿਆ ਜੀ ਉਹ ਨਾ ਖਾਇਆ ਕਰਾਂ ਮੈਂ ਦਿਆ ਕਰਾਂ ਖਾ ਲਾ ਅਤੇ ਜੋ ਮੈਂ ਖਾ ਕੇ ਵੇਖਿਆ ਮੈਨੂੰ ਵੀ ਚੀੜਾ ਲੱਗਿਆ ਫਿਰ ਉਹ ਜੀ ਗੱਲ ਸਾਡੇ ਧਿਆਨ ਵਿੱਚ ਆਈ ਅਤੇ ਇਹ ਪਤਾ ਅਸੀਂ ਧੋ ਕੇ ਵੇਖੀਆਂ ਇਹ ਖਿੱਲਾਂ ਧੋ ਕੇ ਵੇਖੋ ਜੀ ਵਿੱਚੋਂ ਪਲਾਸਟਿਕ ਨੂੰ ਨਿਕਲਦੀਆਂ ਧੋ ਕੇ ਵੇਖੀਆਂ ਅਤੇ ਇਹ ਪਲਾਸਟਿਕ ਦੀਆਂ ਖਿੱਲਾਂ ਸੀ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਵੀ ਇਹ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਕੈਂਸਰ ਫੈਲਦਾ ਜੋ ਛੋਟੇ ਛੋਟੇ ਬੱਚਿਆਂ ਨੂੰ ਇਹੋ ਜਿਹੀਆਂ ਡਾਲੀ ਵਾਲਾ ਕਰਕ ਜਾਂਦਾ ਹਰੇਕ ਬੱਚਾ ਖਾਂਦਾ ਅਤੇ ਪਰ ਇਹਦੀ ਕਾਨੂੰਨੀ ਜਿਹੜੀ ਇੱਥੇ ਦੋ ਬੋਰੇ ਸੀ ਇਹ ਮਿਤੇ ਜਿਹਨੂੰ ਲੁਕਾਉਣੇ ਨਹੀਂ ਚਾਹੀਦੇ ਸੀ ਇਹ ਵਿਚਾਰ ਕਰਦਾ ਵੀ ਇੱਥੋਂ ਆਏ ਆ ਆ ਫਲਾਨੇ ਬੰਦੇ ਨੇ ਦਿੱਤੇ ਆ ਉਹਨਾਂ 'ਤੇ ਪਰਚਾ ਹੋਣਾ ਚਾਹੀਦਾ ਸੀ ਇਸ ਸੰਬੰਧੀ ਜਦੋਂ ਪਿੰਡ ਵਾਸੀਆਂ ਨੇ ਗੁਰੂ ਘਰ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਨੂੰ ਸੰਤੁਸ਼ਟੀ ਭਰਿਆ ਜਵਾਬ ਨਹੀਂ ਮਿਲ ਸਕਿਆ ਗੁਰੂ ਕੀ ਢਾਬ ਮੱਤਾ ਦਸਵੇਂ ਪਾਤਸ਼ਾਹ ਦੇ ਸਾਹਮਣੇ ਖੜ੍ਹੇ ਹਾਂ ਜੀ ਅਸੀਂ ਇਹ ਪ੍ਰਸ਼ਾਦ ਲਿਆ ਸੀ ਜੀ ਇੱਥੋਂ ਗੁਰਦੁਆਰਾ ਸਾਹਿਬ 'ਚੋਂ ਖਿੱਲਾਂ ਦਾ ਪ੍ਰਸ਼ਾਦ ਜਦੋਂ ਅਸੀਂ ਇਸ ਨੂੰ ਚੱਬ ਕੇ ਵੇਖਿਆ ਖਾਣ ਦੀ ਕੋਸ਼ਿਸ਼ ਕੀਤਾ ਇਹ ਸਾਨੂੰ ਖਿੱਲਾਂ ਦਾ ਪ੍ਰਸ਼ਾਦ ਜਿਹੜਾ ਇਹ ਬੜਾ ਚੀੜਾ ਲੱਗਿਆ ਜੀ ਚੀੜਾ ਅਸੀਂ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਵੀ ਜਿਵੇਂ ਅਸੀਂ ਪਲਾਸਟਿਕ ਹੁੰਦੀ ਹੈ ਅਸੀਂ ਫਿਰ ਉਸ ਤੋਂ ਬਾਅਦ ਇਹ ਮੈਨੇਜਰ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੇਜਰ ਸਾਹਿਬ ਨੇ ਇਹ ਕਿਹਾ ਸੀ ਆਪਣੇ ਕੋਲ ਦੋ ਬੋਰੇ ਪਏ ਆ ਉਹ ਆਪਾਂ ਵਰਤਾ ਕੇ ਉਸ ਤੋਂ ਬਾਅਦ ਨਹੀਂ ਗਏ ਉਹਨਾਂ ਦੀ ਪਹਿਲਾਂ ਧਿਆਨ 'ਚ ਸੀ ਜੀ ਇਹ ਗੱਲ ਪਹਿਲਾਂ ਵੀ ਜਦੋਂ ਕਿਹੜਾ ਡਾਲੀ ਵਾਲਾ ਦੁੱਧ ਲੈਣ ਪਿੰਡਾਂ ਦੇ ਵਿੱਚ ਜਾਂਦੇ ਆ ਜੀ ਉਹ ਸਾਰੇ ਹੀ ਇਹ ਖਿੱਲਾਂ ਦਾ ਪ੍ਰਸ਼ਾਦ ਦੇ ਰਹੇ ਆ ਬੱਚਿਆਂ ਨੂੰ ਦੇ ਰਹੇ ਆ ਬੱਚਿਆਂ ਦੀ ਸਿਹਤ ਨਾਲ ਖਿਲਾਵੜ ਹੋ ਰਹੀ ਹੈ ਅਸੀਂ ਇਹ ਮੰਗ ਕਰਦੇ ਹਾਂ ਬਈ ਜਿਹੜੇ ਇਹ ਪ੍ਰਸ਼ਾਦ ਨੂੰ ਚੈੱਕ ਕੀਤਾ ਜਾਵੇ ਅਤੇ ਜੋ ਕਿਸੇ ਨੇ ਕਿਸੇ ਗਲਤ ਕੰਮ ਕੀਤਾ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਾਜ਼ਾਰ ਜੈਤੋ ਤੋਂ ਖਰੀਦ ਕਰਦੇ ਹਾਂ ਜੋ ਪਿਛਲੀ ਵਾਰ ਪ੍ਰਸ਼ਾਦ ਖਰੀਦਿਆ ਸੀਗਾ ਉਹ ਸ਼ੰਭੂ ਰਾਮ ਕਿਸ਼ੋਰੀ ਲਾਲ ਜੈਤੋ ਚੌਂਕ ਨੰਬਰ 1 ਤੋਂ ਖਰੀਦ ਕੀਤੀ ਗਈ ਹੈ ਜੋ ਕਿ ਖਰੀਦ ਸਾਡੇ ਰਿਸੀਵਰ ਸਾਹਿਬ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਅਤੇ ਗੁਰਦੁਆਰਾ ਇੰਸਪੈਕਟਰ ਦੀ ਹਾਜ਼ਰੀ ਦੇ ਵਿੱਚ ਖਰੀਦ ਕੀਤੀ ਗਈ ਹੈ ਇਹ ਅਧਿਕਾਰ ਹੈ ਜਿਹੜੇ ਖਰੀਦ ਕਰਨ ਦੇ ਇਹ ਰਿਸੀਵਰ ਸਾਹਿਬ ਕੋਲ ਹੁੰਦੇ ਆ ਨਾ ਕਿ ਮੈਨੇਜਰ ਕੋਲ ਉਸ ਤੋਂ ਬਾਅਦ ਜਦੋਂ ਅੱਜ ਤੋਂ 2 ਦਿਨ ਪਹਿਲਾਂ ਮੈਨੂੰ ਇਹ ਪਤਾ ਲੱਗਿਆ 2-3 ਦਿਨ ਵੀ ਇਹਦੇ ਵਿੱਚ ਕੁਛ ਪਲਾਸਟਿਕ ਦੇ ਤੱਤ ਹੈ ਜਾਂ ਕੁਛ ਵੀ ਆ ਜਦੋਂ ਮੈਂ ਚੈੱਕ ਕੀਤਾ ਖਿੱਲ ਨੂੰ ਪਾਣੀ 'ਚ ਭਿਉਂ ਕੇ ਦੇਖਿਆ ਉਸ ਤੋਂ ਬਾਅਦ ਮੈਂ ਤੁਰੰਤ ਸਟੋਰ ਕੀਪਰ ਨੂੰ ਇਹ ਬੇਨਤੀ ਕੀਤੀ ਕਿ ਜਿਹੜਾ ਖਿੱਲਾਂ ਦਾ ਪ੍ਰਸ਼ਾਦ ਹੈ ਇਹਨੂੰ ਬੰਦ ਕੀਤਾ ਜਾਵੇ ਅਤੇ ਇੱਥੇ ਪਤਾਸਿਆਂ ਦਾ ਪ੍ਰਸ਼ਾਦ ਆਪਾਂ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਹ ਅਸੀਂ ਕੀਤਾ ਵੀ ਉਸੇ ਤਰ੍ਹਾਂ ਕਿ ਪਤਾਸਿਆਂ ਦਾ ਪ੍ਰਸ਼ਾਦ ਦਰਬਾਰ ਸਾਹਿਬ 'ਚ ਸੰਗਤ ਨੂੰ ਦਿੱਤਾ ਜਾਂਦਾ ਅਤੇ ਉਸ ਤੋਂ ਬਾਅਦ ਮੈਂ ਰਿਸੀਵਰ ਸਾਹਿਬ ਨੂੰ ਨਾਲ ਲੈ ਕੇ ਜਿਸ ਦੁਕਾਨ ਤੋਂ ਅਸੀਂ ਇਹ ਪ੍ਰਸ਼ਾਦ ਖਰੀਦਿਆ ਉਹਨਾਂ ਕੋਲ ਗਏ ਉੱਥੇ ਮੌਕੇ 'ਤੇ ਮੌਜੂਦ ਇਸ ਫਰਮ ਦੇ ਮਾਲਕ ਮਹਾਂਵੀਰ ਜੀ ਸੀ ਉਹਨਾਂ ਦਾ ਬੇਟਾ ਵੀ ਉੱਥੇ ਹਾਜ਼ਰ ਸੀ ਜਦੋਂ ਅਸੀਂ ਉਹਨਾਂ ਕੋਲ ਇਹ ਖਿੱਲਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਵੀ ਇਸ ਤਰ੍ਹਾਂ ਯਾਰ ਇਹਨਾਂ ਦੀ ਕੋਈ ਦੁਬਲੀ ਕੇਸੀ ਹੈ ਉਹਨਾਂ ਨੇ ਆਪਦੀ ਦੁਕਾਨ 'ਚ ਹੋਰ ਵੀ ਖਿੱਲਾਂ ਲਿਆ ਕੇ ਦਿੱਤੀਆਂ ਕਹਿੰਦੇ ਵੀ ਸਾਰਾ ਇਸ ਤਰ੍ਹਾਂ ਦੀ ਸਪਲਾਈ ਚੱਲਦੀ ਹੈ ਸਾਰੇ ਪਹਿਲਾਂ ਅਸੀਂ ਆਪ ਤਿਆਰ ਕਰਦੇ ਸੀ ਹੁਣ ਜਿਹੜੀਆਂ ਸਾਡੀਆਂ ਇਹ ਓਵਰਆਲ ਅਸੀਂ ਜਿੰਨਾ ਸਾਰਾ ਬਾਜ਼ਾਰ 'ਚ ਮਾਲ ਹੈ ਇਹ ਸਾਰਾ ਇੱਕੋ ਸਪਲਾਇਰ ਹੀ ਕਰਦਾ ਹੈ ਉਸੇ 'ਤੇ ਸਾਡੇ ਕੋਲ ਮਾਲ ਆਉਂਦਾ ਇਹ ਅਤੇ ਅਸੀਂ ਇਹ ਖਿੱਲਾਂ ਦਾ ਜਿਹੜਾ ਪ੍ਰਸ਼ਾਦ ਹੈ ਉਹ ਦਰਬਾਰ ਸਾਹਿਬ 'ਚੋਂ ਬੰਦ ਕਰ ਦਿੱਤਾ ਗਿਆ ਤੁਹਾਡੇ ਦੁਆਰਾ ਸਰ ਇਹ ਗੱਲ ਮਾਮਲਾ ਸਾਡੇ ਸਾਹਮਣੇ ਲਿਆਂਦਾ ਗਿਆ ਧਿਆਨ ਵਿੱਚ ਆਇਆ ਅਤੇ ਅਸੀਂ ਮੌਕੇ 'ਤੇ ਜਾ ਕੇ ਤਫਤੀਸ਼ ਕਰਾਂਗੇ ਜੋ ਵੀ ਬਣਦੀ ਕਰ ਰਹੀ ਹੋਈ ਉੱਥੇ ਕੀਤੀ ਜਾਊਗੀ ਸਰ ਪਾਣੀ ਵਿੱਚ ਪਾ ਕੇ ਕਿਸ ਤਰੀਕੇ ਨਾਲ ਉਹਨਾਂ ਨੇ ਪਲਾਸਟਿਕ ਦਾ ਟੈਸਟ ਕੀਤਾ ਇਹ ਤਾਂ ਹੁਣ ਤੁਸੀਂ ਦੱਸ ਰਹੇ ਹੋ ਪਰ ਇਹ ਤਾਂ ਹੁਣ ਜਦੋਂ ਪ੍ਰੋਪਰ ਲੈਬੋਰਟਰੀ 'ਚ ਇਸ ਤਰ੍ਹਾਂ ਵਪਾਰੀ ਆਪਣੇ ਮੁਨਾਫਿਆਂ ਖਾਤਰ ਲੋਕਾਂ ਦੀ ਜਾਨ ਜੋਖਮ ਵਿੱਚ ਪਾਉਣ ਤੋਂ ਨਹੀਂ ਹਟਦੇ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੀ ਬਿਊਰੋ ਰਿਪੋਰਟ ਪੰਜਾਬੀ ਟੀਵੀ